ਵੀਰੋ ਘਰ ਦੇ ਵਿੱਚ ਨਾ ਗ੍ਰਿਲਾਂ ਲਵਾਈਆਂ ਸੀ ਤੇ ਨਾ ਮੈਂ ਆਪੇ ਰੰਗ ਕਰਨ ਡਿਆ ਸੀ ਤੇ ਨਾਲ ਮੈਂ ਸੋਚ ਰਿਹਾ ਸੀ ਕਿ ਜਦੋਂ ਅਸੀਂ ਬਾਹਰੋਂ ਦੀ ਆਉਂਦੇ ਹਾਂ ਤਾਂ ਇੱਥੇ ਆ ਕੇ ਜਿਹੜੀ ਆ ਅਸੀਂ ਪੈਸੇ ਉਡਾਉਂਦੇ ਹਾਂ ਤਾਂ ਲੋਕਾਂ ਨੂੰ ਇੱਦਾਂ ਲੱਗਦਾ ਕਿ ਪਤਾ ਨਹੀਂ ਅਸੀਂ ਕਿੰਨੇ ਕੁ ਪੈਸੇ ਕਮਾਉਂਦੇ ਹਾਂ, ਜਦਕਿ ਅਸਲ 'ਚ ਬਾਹਰਲੇ ਮੁਲਕਾਂ ਵਿੱਚ ਵੀ ਅਸੀਂ ਇਹੀ ਕੰਮ ਕਰਦੇ ਹਾਂ। ਕਿਹੜਾ ਕੰਮ ਨਹੀਂ ਅਸੀਂ ਕਰਦੇ ਤੁਹਾਨੂੰ ਸਾਰਿਆਂ ਨੂੰ ਪਤਾ ਆ। ਸੋ ਜਦੋਂ ਤੁਸੀਂ ਆਪਣੇ ਮੁਲਕ ਦੇ ਵਿੱਚ ਜਾਂਦੇ ਆ ਤਾਂ ਟਾਈਮ ਕੱਢ ਕੇ ਜਿਹੜੇ ਕੰਮ ਆ ਉਹ ਵੀ ਕਰਿਆ ਕਰੋ, ਅਤੇ ਜੇਕਰ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈਗੀ ਫਿਰ ਤੁਸੀਂ ਜ਼ਰੂਰ ਕਰਵਾਓ। ਮੌਸਮ ਵਧੀਆ ਸੀਗਾ, ਵੈਸੇ ਤਾਂ ਗਰਮੀਆਂ ਚੱਲਦੀਆਂ ਪਈਆਂ, ਮੈਂ ਤਾਂ ਗ੍ਰਿਲਾਂ ਹੀ ਲਵਾਈਆਂ ਸੀ ਅਤੇ ਮੈਂ ਸੋਚਿਆ ਕਿ 2 ਦਿਨ ਆਪਾਂ ਸਾਰਾ ਇਹ ਕੰਮ ਖਤਮ ਕਰਕੇ ਅਤੇ ਉਹੀ ਪੈਸੇ ਨਾਲ ਫਿਰ ਅੱਗੇ ਹੋਰ ਕਿਤੇ ਘੁੰਮਣ ਜਾਵਾਂਗੇ, ਕਿਉਂਕਿ ਮੈਂ ਜਿਹੜਾ ਆ ਨਾ ਪੈਸੇ ਨੂੰ ਸੋਚ ਸਮਝ ਕੇ ਖਰਚਦਾ ਹਾਂ ਅਤੇ ਬਜਟ ਟਰੈਵਲਰ ਆ ਮੈਂ। ਸੋ ਜਦੋਂ ਤੁਸੀਂ ਵੀ ਜਾਂਦੇ ਆ ਉੱਥੇ ਜਾ ਕੇ ਨਾ ਕੰਮ ਕਰਿਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਿਦੇਸ਼ਾਂ ਵਿੱਚ ਜਿਹੜਾ ਪੈਸਾ ਆ ਨਾ ਉਹ ਸੌਖਾ ਨਹੀਂ ਬਣਦਾ, ਅਤੇ ਅਸੀਂ ਮਿਹਨਤ ਜਿਹੜੀ ਆ ਜਦ ਇੱਥੇ ਕਰਦੇ ਹਾਂ ਤਾਂ ਲੋਕ ਸਾਨੂੰ ਦੇਖ ਕੇ ਇੱਕ ਉਹਨਾਂ ਨੂੰ ਇੰਸਪੀਰੇਸ਼ਨ ਮਿਲਦੀ ਆ ਕਿ ਨਹੀਂ ਯਾਰ ਜੇਕਰ ਕੰਮ ਇੱਥੇ ਕੀਤਾ ਜਾਵੇ ਤਾਂ ਪੈਸਾ ਜਿਹੜਾ ਉਹ ਭਾਰਤ ਦੇ ਵਿੱਚ ਵੀ ਕਮਾਇਆ ਜਾ ਸਕਦਾ ਹੈ। ਬਾਕੀ ਜੇ ਕਿਸੇ ਦੀ ਕਿਸਮਤ ਆ ਉਹ ਬਾਹਰ ਜਾਂਦਾ ਹੀ ਜਾਂਦਾ ਆ, ਅਤੇ ਬਾਹਰ ਜਿਹੜਾ ਲੋਕਾਂ ਨੂੰ ਉਹ ਜਾਣਾ ਵੀ ਚਾਹੀਦਾ। ਬਾਕੀ ਦੋਸਤੋ ਖੁਸ਼ ਰਹੋ ਅਤੇ ਜਿਉਂਦੇ ਵਸਦੇ ਰਹੋ।